हाँ क्या मसला चलो आओ भाई बस ये सहन आ जाओ ये भगवान क्या जुलूम है हेलो जी एंड वेलकम बैक टू अनदर व्लॉग। उम्मीद करता हूँ कि आप सब खैरियत के साथ होंगे। मैं आपको अपना शेर आजी। तो आज का व्लॉग जो है वो कुछ ऐसा है, गर्मी बहुत ज़्यादा हुई हुई है, ये देखिए अभी भी मुझे पसीना आ रहा है। तो वसी का कहना था जी, तकरीबन जब से गर्मियाँ स्टार्ट हुई हैं, वसी कह रहा था जी जाना है जाना है जाना है जाना है स्विमिंग पूल जाना है। तो अभी वसी से पूछते हैं। हाँ भाई चलें स्विमिंग पूल। तो अभी जी चलते हैं यहाँ से सीधा हमजा भाई की तरफ और हमजा भाई को साथ लेते हैं और चलते हैं। एक मिनट उत्ते को बंदा मन लगता है आया। एक मिनट मैं आपको बताता हूँ। पे की कर दे पे मरूद लाना आए थे। हाँ की करना आए थे वो लाना आए थे मरूद लैने जी मरूद आदरा वाला वाला आयो ला लो मरूद। एक तू इतें रह समी तू जा तेन ला के देखा पे ਇੱਥੇ ਰਹਿ ਤੂੰ ਛੜੀ ਲੈਣੀ ਵੀ ਰੂਤ ਆ ਜਾ ਲੈ ਜੀ ਇਹ ਬੱਚੇ ਮੈਂ ਅੰਦਰ ਵਲੌਗ ਬਣਾ ਤਾ ਉੱਚੀ ਉੱਚੀ ਆਵਾਜ਼ ਮੈਂ ਗਲੀ ਸੇ ਆਏ ਹਾਂ ਉੱਪਰ ਸੇ ਓਏ ਤੈਨੂੰ ਕਿਹਾ ਪਿੱਛੇ ਰਹਿ ਉਹ ਲਾਂਦਾ ਆਪੇ ਤੇਰੀ ਵਾਸ ਵੀ ਲਾ ਲੈਂਦਾ ਚੱਲ ਚੱਲ ਪਿੱਛੇ ਜਾ ਸਮੀ ਲਾ ਯਾਰ ਚਾਰ ਪੰਜ ਮਰੂਦ ਦੇ ਮੁੰਡਿਆਂ ਸਾਰਾ ਕੰਮ ਰੂਤ ਉਤਾਰਨੇ ਆਏ ਲੇਕਿਨ ਇਹ ਕਹਿ ਰਹੇ ਥੇ ਨਹੀਂ ਹਮ ਆਪਕੋ ਦੇਖਨੇ ਆਏ ਥੇ ਆ ਵਲੌਗ ਬਣਾ ਰਹੇ ਤੇਰੀ ਸੀਨ ਕੀ ਆ ਵੀ ਮੈਨੇ ਕਿਹਾ ਚਲੋ ਜੀ ਅਮਰੂਦ ਲੈ ਲਓ ਆਪ ਕੋਈ ਮਸਲਾ ਨਹੀਂ ਹੈ ਕਿਤਨੇ ਵੀ ਖਾ ਲੈਣੇ ਯਾਰ ਬੰਦੇ ਨੇ ਅੱਲਾ ਦਾ ਸ਼ੁਕਰ ਹੈ ਹਮਾਰੇ ਅਮਰੂਦ 'ਤੇ ਨਾ ਫਲ ਬਹੁਤ ਜ਼ਿਆਦਾ ਲੱਗਦਾ ਹੈ ਤਾਂ ਮੈਨੂੰ ਉਸੇ ਬੋਲਿਆ ਮੈਨੂੰ ਕਿ ਜਾ ਕੇ ਉਤਾਰ ਲੈ ਜੀ ਮੇਰਾ ਇੱਕ ਦੋਸਤ ਹੈ ਆਪਕੋ ਬਤਾ ਸ਼ੇਰੀ ਕਿੱਥੇ ਹੈ ਇੱਧਰ ਤਾਂ ਆ ਯਾਰ ਹੈਲੋ ਕਰ ਦਿਆ ਇੱਕ ਵਾਰੀ ਇਸ ਤਰ੍ਹਾਂ ਆਇਆ ਜ਼ਿੰਦਾਬਾਦ ਫੜਾਓ ਸੀ ਇੱਧਰ ਇੱਧਰ ਸੁੱਟ ਇੱਧਰ ਸੁੱਟ ਆ ਜਾ ਗਰਮੀ ਇੰਨੀ ਹੈ ਯਾਰ ਤੁਸੀਂ ਕਿਸ ਤਰ੍ਹਾਂ ਫਿਰਦੇ ਪਏ ਇੰਨੀ ਗਰਮੀ ਤੁਹਾਨੂੰ ਗਰਮੀ ਲੱਗਦੀ ਵੀ ਅੱਛਾ ਕਿੰਨੇ ਨੇ ਮਰੂਦ ਤੇਰੇ ਕੋਲ ਤਿੰਨ ਨੇ ਤੇਰੇ ਕੋਲ ਦੋ ਨੇ ਸਮੇਂ ਇੱਕ ਮਰੂਦ ਤੂੰ ਦੇ ਇੱਧਰ ਹਲਾਏ ਇਹ ਫੜਨੀ ਕੈਚ ਫਿਰ ਕੈਚ ਫੜ ਲੇਗਾ ਕਿ ਨਹੀਂ ਚਲੋ ਠੀਕ ਹੈ ਹੁਣ ਜੁੜ ਜਾਓ ਇੱਧਰ ਆ ਜਾ ਚੋਲੀ ਕਰ ਚੋਲੀ ਕਰ ਚੋਲੀ ਤੇਰੀ ਖੈਰ ਮੈਂ ਥਾ ਨੀਚੇ ਵਲੌਗ ਯਾਰ ਗਰਮੀ ਦੇਖੋ ਕਿੰਨੀ ਜ਼ਿਆਦਾ ਨੀਚੇ ਮੈਂ ਵਲੌਗ ਸਟਾਰਟ ਕੀਤਾ ਤਾਂ ਮੇਰੀ ਆਦਤ ਹੈ ਜਦ ਮੈਂ ਵਲੌਗ ਸਟਾਰਟ ਕਰਦਾ ਥੋੜ੍ਹਾ ਸਾਰਾ ਐਨਰਜੀ ਕੇ ਸਾਥ ਕਰਦਾ ਹੂੰ ਤਾਂ ਉਹ ਬੱਚੇ ਕਹਿ ਰਹੇ ਥੇ ਕਿ ਸ਼ਰਾਜ ਭਾਈ ਵੀਡੀਓ ਬਣਾ ਰਹੇ ਪਤਾ ਨਹੀਂ ਕਿਆ ਉਹ ਕਰ ਰਹੇ ਹਨ ਤਾਂ ਉਹ ਪਿੱਛੇ ਸੇ ਹੋ ਕੇ ਛੱਤ ਕੇ ਉੱਪਰ ਸੇ ਆਏ ਹੋਏ ਥੇ ਦੇਖਣੇ ਕੇ ਲੀਏ ਕਿ ਸ਼ਰਾਜ ਭਾਈ ਕਰਦੇ ਕਿਆ ਬਹੁਤ ਗਰਮੀ ਹੈ ਯਾਰ ਦੌੜ ਜਾਓ ਯਾਰ ਹੁਣ ਸਮੀ ਉੱਧਰ ਚਲਾ ਜਾਓ ਹੁਣ ਕਾਰ ਗਰਮੀ ਬਹੁਤ ਜ਼ਿਆਦਾ ਹੈ ਤੋ ਜੀ ਅਭੀ ਚਲਤੇ ਹੈ ਯਹਾਂ ਸੇ ਸਵਿਮਿੰਗ ਪੂਲ ਕੀ ਤਰਫ ਮੁਝੇ ਸਾਂਸ ਚੜ ਗਿਆ ਗਰਮੀ ਬਹੁਤ ਜ਼ਿਆਦਾ ਲਿਟਰਲੀ ਬਹੁਤ ਜ਼ਿਆਦਾ ਗਰਮੀ ਹੈ ਯਾਰ ਤੇ ਜੀ ਹਮ ਰਵਾਨਾ ਹੋਣੇ ਲੱਗੇ ਹਾਂ ਸਵਿਮਿੰਗ ਪੂਲ ਕੀ ਤਰਫ ਔਰ ਮੈਂ ਪਰਸ ਵਗੈਰਾ ਲੈ ਲਈ ਹੈ ਚਲਤੇ ਹਾਂ ਜਾਬੇ ਕੀ ਤਰਫ ਦੇਖਤੇ ਹਾਂ ਅਗਰ ਉਹ ਜਾਗ ਰਹੇ ਹੈ ਤੋ ਉਹਨੇ ਸਾਥ ਲੈ ਕੇ ਫਿਰ ਚੱਲੇਂਗੇ ਤੋ ਜੀ ਹਮਨੇ ਹਮਜ਼ਾ ਬਾਈ ਕੋ ਲੈ ਲਿਆ ਹੈ ਹਮਜ਼ਾ ਬਾਈ ਕਿੱਥੇ ਗਏ ਹੋ ਹਮਨੇ ਹਮਜ਼ਾ ਬਾਈ ਕੋ ਲੈ ਲਿਆ ਇਹ ਸੱਚਾਰੇ ਚਾਰੋ ਕੇ ਚਾਰੋ ਬੰਦੇ ਜਾ ਰਹੇ ਹੈ ਇਹ ਬੰਦਾ ਆ ਜਾ ਸਾਹਮਣੇ ਤੂੰ ਵੀ ਪਹਿਚਾਨ ਰਿਹਾ ਵੈਸੇ
ठीक है जी, चलते हैं हम चारों बंदे एक ही बाइक पे स्विमिंग पूल मिलते। अच्छा तो दुआ करो। ओए खुला ही होए। जी हम स्विमिंग पूल पहुंच चुके हैं और सीन ये हुआ है कि स्विमिंग पूल जो है वो उन्होंने शायद सफाई करने के लिए खाली किया हुआ है। और जो बड़े वाला जहाँ पे हमने नहाना था उसका प्रोग्राम बढ़ चुका है। मजिए सर। ओए हाय हाय पुत्र अगे हो जरा। चलो तेरी खैर चिट्टा पहाड़ी में कैमरे। हमजा भाई क्या हुआ है? ਹੱਸਦੇ ਚਿਹਰਿਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਕਦੇ ਕੋਈ ਤਕਲੀਫ ਨਹੀਂ ਹੁੰਦੀ। ਉਹਦਾ ਮਤਲਬ ਇਹ ਹੁੰਦਾ ਕਿ ਇਹਨਾਂ ਨੂੰ ਤਕਲੀਫਾਂ ਨਾਲ ਡੀਲ ਕਰਨਾ ਹੁੰਦਾ। ਜੀ ਹਮ ਆਏ ਥੇ ਸਵਿਮਿੰਗ ਪੂਲ ਮੇਂ ਨਹਾਨੇ ਔਰ ਸੀਨ ਯਹਾਂ ਪੇ ਯੇ ਹੁਆ ਹੈ ਕਿ ਸਵਿਮਿੰਗ ਪੂਲ ਹੈ ਖਾਲੀ ਔਰ ਹਮ ਸੁੱਕੇ ਮੇਂ ਮਲਮਾਇਆ ਕਰ ਰਹੇ ਹੈ। ਉਹ ਜੋ ਛੋਟਾ ਉਹਨਾਂ ਨੇ ਉਧਰ ਭਰੇ ਹੋਏ ਹੈ ਲੇਕਿਨ ਸੀਨ ਯਹ ਹੈ ਕਿ ਯਹਾਂ ਪੇ ਕੋਈ ਸੀਨ ਨਹੀਂ ਹੈ। ਅਬ ਹਮਨੇ ਡਿਸਾਈਡ ਕੀਆ ਹੈ ਕਿ ਚਲਤੇ ਹੈ ਯਹਾਂ ਸੇ ਦੂਸਰੇ ਸਵਿਮਿੰਗ ਪੂਲ ਜੋ ਯਹਾਂ ਸੇ ਆਗੇ ਕਮ ਸੇ ਕਮ 8 ਕਿਲੋਮੀਟਰ ਹੈ। ਹਾਂ 8-10 ਘਰ ਸੇ ਇਧਰ ਆਏ ਹਾਂ अभी आठ वहाँ से इधर से आगे जाएंगे। ठीक है तो चलते हैं फिर और क्या करना है। आप तब तक वीडियो को लाइक कर दीजिए और चैनल को सब्सक्राइब कर दीजिए। मैं सुके 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 स्विमिंग पूल चलो कहना पता। सीन ये हुआ है कि जी काटा पे हमने किया है शादी को फोन, उससे पता करवाया कि जी पता करके दे हमें कि वो जो दूसरे गाँव का स्विमिंग पूल है वो चल रहा है ऑन है या नहीं। लेकिन वहाँ से भी रिप्लाई आया है कि आजकल उम्मीद नहीं है कि वो चल रहा हो, तो इसलिए आप ऐसा करें किसी ट्रिपैन वगैरह पे बम्बी पे मतलब ट्यूबवेल पे नहा नहूँ लें। तो अभी हमारा प्लान चेंज हुआ है जी, नहाते हैं कहाँ पर जाके ट्रिपैन पे। इन्हें तीन महीने तो आखिर चुकी थी बेचारे आकर ठंडी हो गई। नहाओ 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 पहलवान जो है ना ये लगे हैं नहाने। चलो चलो 1-2-3 गो। हाँ ठंडा पानी जब नूर मोहम्मद और वसी हसन का मुकाबला होने लगा कौन सा ज़्यादा देर पानी के अंदर रहता है। चलो जी नहा लो। हाँ एक दूसरे से कोल खोलो। 1-2-3 गो। हाँ जी नूर मोहम्मद आ गए जी बाहर पहले। आओ till I get up, time is barely on our side. I don't wanna waste what's left. The storms we chase are leading us, and love is all we'll ever trust. Yeah, no, I don't wanna waste what's left. And on we'll go through the wastelands, through the highways, till my shadow turns to sun rays. And on we'll go through the wastelands, through the highways. And on.
ਸੋ ਪਲੀਜ਼ ਮੈਂ ਜਾਨੂ ਕਮ ਹੀਅਰ ਆ ਜਾਓ ਆਈ ਐਮ ਵੈਰੀ ਸੈਡ ਮਾਈ ਆਈਸ ਰੇਨੀ ਟਿਪ ਟਿਪ ਮਤਲਬ ਮੇਰੀ ਆਂਖੋਂ ਸੇ ਬਾਰਿਸ਼ ਕੀ ਤਰ੍ਹਾਂ ਵਾਟਰ ਰਿਮ ਜੀ ਕੀ ਹੋਇਆ ਕਿੰਨੇ ਪੈਸੇ ਚਾਹੀਦੇ ਨੇ 80 ਰੁਪਏ ਤੂੰ ਨਾਤਾ ਕਿਉਂ ਹੈ ਹੁਣ ਕੀ ਕਹਿੰਦਾ ਭਾਈ ਕਿੰਨੇ ਪੈਸੇ ਲੈਂਦਾ ਇੱਕ ਬੰਦੇ ਨਾਲ ਪੰਜਾਹ ਅੱਛਾ ਜੀ ਇਹ ਬੱਚਾ ਇੱਧਰ ਆ ਅੱਛਾ ਜੀ ਇਹ ਬੱਚਾ ਹੀ ਹੈ ਨਾ ਪੁੱਛੇ ਬਗੈਰ ਚਲਾ ਗਿਆ ਸਵਿਮਿੰਗ ਪੂਲ ਨੂੰ ਅਤੇ ਹੁਣ ਫਿਰ ਤੇਰੀ ਮਦਦ ਕੀਤੀ ਜਾਏ ਹੈਂ ਘਰ ਜਾਣਾ ਤੂੰ ਭੁੱਖ ਲੱਗੀ ਦੀ ਆ ਅਤੇ ਕਿੰਨੇ ਪੈਸੇ ਦੇਣੇ ਨੇ ਭਾਈ ਨੂੰ ਭਾਈ ਕੀ ਕਹਿੰਦਾ ਕਿ ਨਹੀਂ ਇੰਜ ਨਹੀਂ ਜਾਣਦਾ ਤੁਹਾਨੂੰ ਪੈਸਿਆਂ ਤੋਂ ਬਗੈਰ ਹੈਂ ਤੇਰੇ ਮੈਂ ਤੁਹਾਨੂੰ ਇੰਜ ਹੀ ਘਲਾ ਦਾਂਗੇ ਫਿਰ ਹੈਂ ਤੇ ਰੋਣਾ ਹਾਂ ਸਿੱਧ ਸਹੀ ਤਰ੍ਹਾਂ ਦੱਸ ਤੇਰਾ ਨਾਮ ਕੀ ਹੈ ਅਹਿਮਦ ਅਲੀ ਅਤੇ ਤੂੰ ਕਿਉਂ ਚੋਰੀ ਵੜਿਆ ਕਿਹਨਾਂ ਨੇ ਇਹਨਾਂ ਨੇ ਵਾਲਿਆ ਸੀ ਆ ਕੌਣ ਹੀ ਭਰਾ ਹੈ ਤੇਰਾ ਰੂਨ ਹੈ ਹੈਂ ਭਰਾ ਹੈ ਤੇਰਾ ਸੱਕਾ ਭਰਾ ਹੀ ਤੈਨੂੰ ਸੱਕੇ ਪੁਰਾਣੇ ਫਸਾ ਰਹੇ ਲੋਕਾਂ ਦੇ ਯਾਰ ਫਸਾ ਰਹੇ ਤੈਨੂੰ ਸੱਕੇ ਪੁਰਾਣੇ ਫਸਾ ਰਹੇ ਹੈਂ ਹੋਰ ਨਾਣੇ ਦੇ ਨਾਲ ਆ ਪੈਸੇ ਮੈਂ ਦੇਣਾ ਹੁਣ ਘਰ ਜਾਣਾ ਦੇਖਣਾ ਫਿਰ ਪੈਸੇ ਪੱਕੀ ਗੱਲ ਹੈ ਫਿਰ ਛੱਡ ਛੱਡੇਗਾ ਭਾਈ ਚਲੋ ਜਿੱਥੇ ਤੈਨੂੰ ਭਾਈ ਨੇ ਕਿਹਾ ਸੁਝਾਅ ਪਾਇਆ ਚੁੱਪ ਕਰਕੇ ਮੈਂ ਦੇਖ ਲਵਾਂਗਾ ਪੈਸੇ ਠੀਕ ਹੈ ਉੱਥੇ ਬਹਿ ਜਾ ਮੈਂ ਤੈਨੂੰ ਕਹਿ ਰਿਹਾ ਤੈਨੂੰ ਪੈਸੇ ਦੇਖ ਲਵਾਂਗਾ ਉੱਥੇ ਬਹਿ ਜਾ ਜਿਵੇਂ ਬੈਠੇ ਦੇ ਚੁੱਪ ਕਰਕੇ ਬਹਿ ਜਾ ਜਾਣ ਲੱਗਾ ਪੈਸੇ ਮੈਂ ਦੇਖ ਲਵਾਂਗਾ ਸਹੀ ਹੈ ਅੱਛਾ ਜੀ ਅਮੀ ਆ ਮੈਂ ਨਹਾਨੇ ਆਇਆ ਤਾਂ ਖੈਰ ਇਹ ਬੱਚੋਂ ਕਦੋਂ ਖੁੱਲ੍ਹਾ ਥਾ ਇਹ ਕਹੀਂ ਤਾਂ ਇਜਾਜ਼ਤ ਕੇ ਬਗੈਰ ਹੀ ਅੰਦਰ ਚਲਾ ਗਿਆ ਉਹ ਜੋ ਮਾਲਿਕ ਹੈ ਉਹਨਾਂ ਨੇ ਥੋੜ੍ਹਾ ਜਿਹਾ ਦਾਬਾ ਸ਼ਾਬਾ ਲਗਾਇਆ ਤਾਂ ਉਹ ਡਰ ਗਿਆ ਇਸ ਕੰਮ ਆਪ ਕੋ ਰਿਐਕਸ਼ਨ ਦੀ ਘਰ ਤੋਂ ਬੈਠਾ ਹੋਇਆ ਤਾਂ ਇਤਨਾ ਸੁਣਨ ਹੋ ਗਏ ਕਹਿ ਰਿਹਾ ਥਾ ਕਿ ਯਾਰ ਮੇਰੇ ਪੈਸੇ ਦੇ ਦਿਓ ਭਾਈ ਉਹਨਾਂ ਨੂੰ ਮੈਂ ਕਿਹਾ ਚੱਲ ਦੇ ਦਿਓ ਇਹ ਦੇਖੇ ਬਸ ਇਸ ਕਾ ਚਿਹਰਾ ਦੇਖੇ ਕਿਤਨਾ ਪਰੇਸ਼ਾਨ ਬੈਠਾ ਹੋ ਵਿਚਾਰਾ ਉਹ ਕਹਿ ਰਿਹਾ ਕਿ ਜਾਨ ਨਹੀਂ ਦੇਣਾ ਤੂੰ ਮੇਰਾ ਐਸੇ ਤੁਸੀਂ ਫੁੱਲ ਪਰੇਸ਼ਾਨ ਹਾਂਜੀ ਹੈਂ ਕਾਰ ਦੀ ਕਰਦੇ ਹੋਣੇ ਠੀਕ ਰਹੇ ਨੇ ਤੂੰ ਨਹਾਉਣ ਕਿਉਂ ਆਇਆ ਉਹ ਤੂੰ ਹੀ ਲਿਆਂਦਾ ਸੀ ਦਿਓ ਪੈਸੇ ਉਹਦੇ ਤੂੰ ਵਾੜਿਆ ਬਾਈ ਤੂੰ ਦੇ ਬਈ ਪੈਸੇ ਕਿ ਤੇਰੇ ਆਪਣੇ ਕੋਲ ਵੀ ਹੈ ਨਹੀਂ ਅੱਛਾ ਤੇਰੇ ਘਰ ਤੈਨੂੰ ਉਡੀਕਦੇ ਪਏ ਨੇ ਹੁਣ ਫਿਰ ਜਾਣਾ ਜ਼ਰੂਰੀ ਹੈ ਹੈਂ ਕੋਈ ਨਾਤ ਆਉਂਦੀ ਹੈ ਤਾਂ ਸੁਨਾਹੜ ਤੇ ਕੀ ਕੁਛ ਆਉਂਦੇ ਤਾਂ ਸੁਨਾਹੜ ਫਿਰ ਤੇ ਪੈਸੇ ਮੈਂ ਦੇਖਣਾ ਹੈਂ ਕੱਖ ਵੀ ਨਹੀਂ ਆਉਂਦਾ ਤਾਂ ਕੋਈ ਸ਼ੇਅਰ ਤਾਂ ਆਉਂਦਾ ਹੀ ਹੋਏਗਾ ਨਾ ਟਿਕਟੋਕ ਸੁਣਨਾ ਹੈਂ ਤੂੰ ਕਿੱਧਰ ਤਿਆਰੀਆਂ ਫੜਨਾ ਪਰ ਪੈਸੇ ਨਹੀਂ ਹੋਏ ਮੈਂ ਦਿੱਤੇ ਅੱਲਾ ਹੜ ਸ਼ਲਟ ਉਹਨੇ ਤੈਨੂੰ ਫੜ ਲੈਣੇ ਫਿਰ ਭਾਈ ਸਭ ਥੋੜ੍ਹਾ ਸਾਹਸ ਰਹਿ ਕਿ ਨਹੀਂ ਵੀ ਦੇ ਛੜੇਗਾ ਪੈਸੇ ਜਾ ਮੈਂ ਦੇਖਣਾ ਪੈਸੇ ਕਿੰਨੇ ਪੈਸੇ ਨੇ ਅੱਛਾ ਠੀਕ ਹੈ ਖੁਸ਼ ਹੈ ਹੁਣ ਜਾਣ ਲੱਗਿਆ ਬਾਏ ਬਾਏ ਤੱਕ ਇੱਧਰ ਤੇ ਆ ਇੱਧਰ ਤੇ ਆ ਚੰਗਾ ਬੰਦਾ ਕੰਮ ਕਢਾ ਕੇ ਤੇ ਹੁਣ ਪੁੱਛਦਾ ਨਹੀਂ ਪਿਆ ਇਹ ਤਾਂ ਕੋਈ ਗੱਲ ਨਹੀਂ ਹੋਈ ਵੀਡੀਓ ਨੂੰ ਲਾਈਕ ਕਰ ਦਿਓ ਉੱਚੀ ਬੋਲ ਹਾਂ ਇੱਥੇ ਆ ਗਿਆ ਕਰ ਇੱਧਰ ਆ ਉੱਚੀ ਫਿਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬ ਤੇ ਫਿਰ ਮੈਂ ਪੈਸੇ ਨਹੀਂ ਦਿਆਂਗਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕੀ ਕਰਦੇ ਹੋ ਦੱਸ 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 ਸਬਸਕ੍ਰਾਈਬ ਦੌੜ ਜਾ ਦੌੜ ਜਾ ਦੌੜ ਜਾ
ਨਹੀਂ ਜੀ ਆਪ ਚੈਨਲ ਕੋ ਵੀ ਸਬਸਕ੍ਰਾਈਬ ਕਰ ਦੀਜੀਏ। ਖੈਰ ਉਸਕੇ ਪੈਸੇ ਮੈਂ ਦੇ ਦੂੰਗਾ। ਇਤਨਾ ਪਰੇਸ਼ਾਨ ਆ, ਪਹਿਲੇ ਇਸਕਾ ਚਿਹਰਾ ਦੇਖ ਰਿਹਾ ਥਾ, ਅੰਕਲ ਨੇ ਡਾਂਟ ਕੇ ਬਿਠਾ ਦਿਆ ਵਾ, ਸਾਰਾ ਐਸੇ ਬੈਠਾ ਵਾ ਖਬੋ ਜੀ। ਖੈਰ ਜੀ ਬੱਚੇ ਆ ਜੀ ਅੰਕਲ, ਪਰ ਹਮਾਰੇ ਵਾਲੇ ਛੋਕਰੇ ਅੰਦਰ ਗਏ ਹੋਏ ਆ, ਦੇਖਦੇ ਹਾਂ ਇਨਕਾ ਵੀ ਸੂਰਤ ਹਾਲ ਲਿਆ ਪਿਆ। ਪੁੱਤਰ ਤੁਸੀਂ ਵੀ ਆਪਣੇ ਆਪਣੇ ਪੈਸੇ ਆਪੇ ਦੇ ਨੇ ਭਾਈ, ਬੰਨ ਛੱਡਦਾ ਹੁੰਦਾ ਜੀ ਕਹਿੰਦਾ ਚੰਗਾ ਕਰਤਾ ਹਮਜ਼ਾ। ਫਿਰ ਮੈਂ ਸੋਚਦਾ ਵੀ ਇੱਥੋਂ ਗੰਦਾ ਪਾਣੀ ਆ ਨਾ, ਇੱਥੋਂ ਨਹਾ ਸੋਚ ਫਿਰ ਨਹਾਉਣਾ। ਇਹ ਦੇਖਿਆ ਜੀ ਇੱਧਰ ਤੋਂ ਪਾਣੀ ਆ, ਜਾਂ ਬੱਚੇ ਨਹਾ ਰਹੇ ਥੇ, ਨਹਾ ਹੀ ਰਹੇ ਥੇ, ਜਦੋਂ ਨਵਾਂ ਪਾਣੀ ਸਾਫ਼ ਆ ਰਿਹਾ ਨਾ ਵਹਾਂ ਪੇ ਵੀ ਘਰ ਸੇ ਆਏ ਹੋਏ ਯਾਰ, ਐਸੇ ਜਾਣ ਕੇ ਦਿਲ ਨਹੀਂ ਕਰ ਰਹੇ, ਤੋ ਬਾਅਦ ਮੈਂ ਆ ਗਏ ਯਹਾਂ ਪੇ ਆ ਕੇ ਤਾਰੀ ਲਗਾ ਲੇਂਗੇ ਇੱਕ ਸਾਫ਼ ਪਾਣੀ ਕੀ, ਕਿਆ ਕਹਿਤੇ ਹੋ ਆਪ? ਹਾਂ ਤਾਂ ਨਹਾ ਲਈਏ ਹੈਂ, ਤੁਸੀਂ ਇੰਜ ਕਰੀ ਜਾਂਦਾ ਮੈਂ ਦੱਸ ਆਹੋ ਚਲੇ ਜੀ ਹਮ ਵੀ ਆਪਣਾ ਨਹਾਏ ਲੱਗਿਆ ਆਖਿਰਕਾਰ ਨਹਾਣੇ ਕਾ ਫੈਸਲਾ ਕਰ ਰਹੀ ਹੈ ਕੋਣਾ ਕੋਟ ਕਰ ਲੀ ਇਹ ਬੰਦਾ ਇਸ ਲਈ ਫਿਰਤਾ ਹੀ ਹੈ ਜ਼ਰਾ ਆਰਮੀ ਪਰਸਨ ਹਮ ਅਭੀ ਬੱਚੋਂ ਵਾਲੇ ਏਰੀਏ ਮੈਂ ਹੀ ਇੰਜੋਏ ਕਰ ਰਹੇ ਤੋ ਵੀ ਹਮ ਜ਼ਰਾ ਥੋੜ੍ਹੀ ਸੀ ਉਲਟੀ ਬਾਜੀ ਮਾਰਦੇ ਹਾਂ, ਮੈਂ ਆਤਾ ਨਹੀਂ ਹੈ ਅੱਛੇ ਸੇ, ਲੇਕਿਨ ਫਿਰ ਵੀ ਟਰਾਈ ਕਰਦੇ ਹਾਂ। 1 2 3 ਐਂਡ ਮੇਰੇ ਕੋਲ ਥੱਲੇ ਲਿਆ ਹੀ ਨੀ ਜਾਂਦਾ ਯਾਰ, ਸਾਰਾ ਕੁਝ ਸੁਣ ਲਿਆ ਪੁੱਤਰ। ਲੈ ਜੀ ਅਭੀ ਮੈਂ ਆ ਗਿਆ ਬਾਹਰ, ਆ ਜਾਂਦਾ ਯਾਰ, ਅੰਕਲ ਸੇ ਚਲਵਾਤੇ ਹਾਂ ਜੀ ਮੋਟਰ, ਔਰ ਵਹਾਂ ਪੇ ਹਮ ਤਾਰੀ ਲਗਾਤੇ ਹੈ, ਔਰ ਜੋ ਹਮਾਰੀ ਸੂਕੀ ਸ਼ਰਟ ਹੈ ਵੋ ਹਮ ਬਾਅਦ ਮੇਂ ਪਹਿਨੇਂਗੇ। ਅਭੀ ਇਹ ਅੰਕਲ ਜਾਣੇ ਲੱਗੇ ਹੈ ਜੀ ਮੋਟਰ ਚਲਾਉਣ ਕੇ ਲਈ, ਥੱਕ ਗਏ ਜੀ ਫੁੱਲ ਟਾਈਮ, ਔਰ ਇਹ ਰਹਾ ਜੀ ਮੈਂ ਇਸਕੇ ਅੰਦਰ ਗੜੂਮ, ਹਮ ਜੀ ਅੰਦਰ ਬੈਠ ਗਏ ਹੋਏ ਹੈ ਤਾਂ ਕਿ ਸਾਫ਼ ਪਾਣੀ ਕੇ ਸਾਥ ਹਮ ਨਹਾ ਲੇ, ਔਰ ਇਹ ਜੀ ਆਨੇ ਲਗਾ ਪਾਣੀ ਬਾਹਰ ਯਹਾਂ ਸੇ, ਓਏ ਹਾਏ 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 ਚਸਾਂ ਚਸਾਂ ਲਗਾ ਚੱਲਨੇ ਜੀ ਲਗਾ ਚੱਲਨੇ, ਹੈਲੋ ਆਧਾ ਪਾਣੀ ਆ ਗਿਆ ਰੀ, ਬਹੁਤ ਠੰਡਾ ਪਾਣੀ ਹੈ ਯਾਰ, ਇਹ ਵਾਲਾ 1 2 3 ਆ
ਵੀਰ ਮੈਂ ਪਿਛਲਾ ਨਾ ਬੋਲ ਰਿਹਾ ਵਧੀਆ ਸਹਿਣ ਆ ਜਾਓ ਪੰਛੀ ਬਣੂ ਉੜਤੇ ਫਿਰੂ ਮਸਤ ਗਗਨ ਮੇਂ ਆਜ ਮੈਂ ਆਜ਼ਾਦ ਹੂੰ ਮਾਇਆ ਕੇ ਚਮ ਯਾ ਸਾਰੀ ਰੇਟਿੰਗ ਇਸ ਕੀ ਆਣੀ ਹੈ ਓ ਯਾਰ ਖੈਰ ਅਬ ਦੁਬਾਰਾ ਨਹਾਉਣਾ ਪੜੇਗਾ ਮੈਨੇ ਖੁਦ ਕੋ ਸੰਭਾਲ ਲਿਆ ਲੇਕਿਨ ਫਿਰ ਵੀ ਲਗਾ ਹੂੰ ਮੈਂ ਨੀਚੇ ਰਗੜਾ ਛਗੜਾ ਲੱਗੀਆਂ ਨੇ ਬਾਕੀ ਡਾਮ ਕੀਤਾ ਨਹੀਂ ਪਿਆ ਵਧੀਆ ਤਾਂ ਲੱਗਦਾ ਖੈਰ ਜੀ ਅਭੀ ਮੈਂ ਨਿਕਲ ਤੋ ਥੋੜ੍ਹਾ ਸਾ ਜਾਨ ਦਿਖਾ ਨਦਰੂ ਵੀ ਬੜੇ ਕਮਾਲ ਲਾ ਰਿਹਾ ਬਾਈ ਸਾਹਿਬ ਆਇਓ ਯਾਰ ਤੁਸੀਂ ਵੀ ਬਾਹਰ ਹੁਣ ਵੀਡੀਓ ਤੁਹਾਡੀਆਂ ਥੋੜ੍ਹੀਆਂ ਬਣੀਆਂ ਨੇ ਵੀਡੀਓ ਬਣਾਈ ਚੱਲ ਆ ਜਾ ਕੀ ਨੂਰ ਮਮਦ ਬੀੜਾ ਆਪਕੋ ਪਤਾ ਜੀ ਬੀੜਾ ਕਿਸਕੋ ਕਹਤੇ ਹੈ ਜਿਸੇ ਪਤਾ ਉਹ ਕਮੈਂਟ ਕਰੇ ਕਿ ਬੀੜਾ ਕਿਸਕੋ ਕਹਤੇ ਹੈ ਇਹ ਕਹਿ ਰਿਹਾ ਜੀ ਮੇਰਾ ਬੀੜਾ ਟੁੱਟ ਗਿਆ ਉੱਥੇ ਤਰਦਾ ਹੁਣ ਹੈਨਾ ਸਬਸੇ ਜ਼ਿਆਦਾ ਨਾ ਆਇਆ ਹਮਸੇ ਤਕਰੀਬਨ ਅੱਧਾ ਘੰਟਾ ਘੰਟਾ ਪਹਿਲੇ ਗਏ ਥੇ ਅੰਦਰ ਔਰ ਹਮਾਰੇ ਸਾਥ ਸਾਥ ਤਕਰੀਬਨ ਬਾਹਰ ਆਏ ਹਮਨੇ ਥੋੜ੍ਹਾ ਸਹੀ ਮਤਲਬ ਚਿਲ ਛਿਲ ਕੀਆ ਜੋ ਵੀਡੀਓ ਵਗੈਰਾ ਕੇ ਲੀਏ ਜ਼ਰੂਰੀ ਥਾ ਕੋਈ ਕੁਛ ਬਣਾਇਆ ਬਾਕੀ ਹਮ ਇਤਨਾ ਚਿਲ ਛਿਲ ਨਹੀਂ ਕੀਆ ਤੋ ਜੀ ਅਭੀ ਯਹਾਂ ਸੇ ਨਿਕਲਤੇ ਹੈਂ ਸਿੱਧਾ ਘਰ ਕੀ ਤਰਫ ਔਰ ਯੇ ਥਾ ਅੱਜ ਕਾ ਛੋਟਾ ਸਾ ਵਲੋਗ ਉਮੀਦ ਕਰਤੇ ਹੈਂ ਕਿ ਆਪਕੋ ਪਸੰਦ ਆਏਗਾ ਤੋ ਮਿਲਤੇ ਹੈਂ ਹਮਕੋ ਇਨਸ਼ਾਅੱਲਾ ਨੈਕਸਟ ਵਲੋਗ ਮੇਂ ਤਬ ਤੱਕ ਕੇ ਲੀਏ ਮੁਝੇ ਦੀਜੀਏ ਇਜਾਜ਼ਤ ਅੱਲਾ ਹਾਫਿਜ਼।